ਪੜ੍ਹ ਲਿੰਦੀ ਹਾਂ ਮੇਰਾ ਨਾਮ ਪੁਸ਼ਪਾ ਹੈ ਕਾਫੀ ਸਮੇਂ ਤੋਂ ਮੈਂ ਆਉਂਦੀ ਹਾਂ ਸਾਰੇ ਜਾਣਦੇ ਭੈਣ ਭਰਾ ਪਰ ਥੋੜ੍ਹੇ ਦਿਨ ਤੋਂ ਸਟਾਮੀ ਨੇ ਅਟੈਕ ਕੀਤਾ ਸੀਗਾ ਮੇਰਾ ਬੀ ਪੀ ਇੰਨਾ 270 ਤੋਂ ਉੱਪਰ ਚੱਲ ਗਿਆ ਸੀਗਾ ਤੁਸੀਂ ਇਹ ਦੇਖੋ ਕਿ 270 ਤੱਕ ਤਾਂ ਕੋਈ ਬਚੇ ਨਹੀਂ ਸਕਦਾ ਹੈਗਾ ਮੈਨੂੰ ਪਰਮੇਸ਼ਰ ਨੇ ਫਿਰ ਵੀ ਸੰਭਾਲ ਕੇ ਰੱਖਿਆ ਕਾਫੀ ਹੱਦ ਤੱਕ ਮੇਰਾ ਸਾਹ ਬੰਦ ਹੋ ਜਾਂਦਾ ਸੀਗਾ ਮੈਨੂੰ ਸਾਹ ਨਹੀਂ ਸੀ ਆਉਂਦਾ ਮੈਂ ਇੱਦਾਂ ਦੌੜੀ ਫਿਰਦੀ ਸੀ ਗਲੀਆਂ ਦੇ ਵਿੱਚ ਕਦੀ ਅੰਦਰ ਕਦੀ ਬਾਹਰ ਮੈਨੂੰ ਸਾਹ ਨਹੀਂ ਸੀ ਆਉਂਦਾ ਪਰ ਪਰਮੇਸ਼ਰ ਨੇ ਮੈਨੂੰ ਸੰਭਾਲ ਕੇ ਰੱਖਿਆ ਰਾਤੀ ਫਿਰ ਇੱਦਾਂ ਦਾ ਕੋਈ ਟਾਈਮ ਆਇਆ ਕਾਫੀ ਦੇਰ ਤੱਕ ਮੈਨੂੰ ਬਹੁਤ ਬੇਚੈਨੀ ਹੋਈ ਇੱਦਾਂ ਲੱਗੇ ਇੱਦਾਂ ਸਾਹ ਨਹੀਂ ਲੱਗਾ ਮੈਂ ਖੁਦਾ ਦੇ ਦਾਸ ਨੂੰ ਫੋਨ ਲਾਇਆ ਉਸੇ ਵੇਲੇ ਖੁਦਾ ਦੇ ਦਾਸ ਨੇ ਪ੍ਰਾਰਥਨਾ ਕੀਤੀ ਤੇ ਮੈਂ ਉਸੇ ਵੇਲੇ ਚੰਗੀ ਹੋ ਗਈ ਮੈਂ ਨੀਂਦ ਨਹੀਂ ਸੀ ਆਉਂਦੀ ਚੈਨ ਵੀ ਨਹੀਂ ਆਉਂਦੀ ਸੀ ਖੁਦਾ ਦੇ ਦਾਸ ਨੇ ਦੁਆ ਪ੍ਰਾਰਥਨਾ ਕੀਤੀ ਮੈਨੂੰ ਉਸੇ ਘੜੀ ਠੀਕ ਕੀਤਾ ਖੁਦਾ ਦੇ ਦਾਸ ਨੇ ਦੁਆ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਨੇ ਮੈਨੂੰ ਚੰਗੀ ਕੀਤਾ ਮੈਂ ਪ੍ਰਭੂ ਦਾ ਖੁਦਾ ਦੇ ਦਾਸ ਦਾ ਧੰਨਵਾਦ ਕਰਦੀ ਹਾਂ ਤੇ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੈਨੂੰ ਹਰੇਕ ਵੇਲੇ ਸੰਭਾਲ ਕੇ ਰੱਖਦਾ ਤੇ ਮੇਰੇ ਬੱਚੇ ਆ ਪਰਿਵਾਰ ਆ ਸਭ ਇੱਥੋਂ ਸਾਨੂੰ ਨਵੀਆਂ ਜ਼ਿੰਦਗੀਆਂ ਮਿਲੀਆਂ ਮੇਰਾ ਤਾਂ ਕੋਈ ਨਾਲ ਨਹੀਂ ਸੀ ਇਸ ਭੈਣ ਦੇ ਜ਼ਰੀਏ ਸਾਨੂੰ ਜ਼ਿੰਦਗੀ ਮਿਲੀ ਹੈ ਪਹਿਲਾਂ ਆਉਂਦੇ ਸੀਗੇ ਪਰ ਮੈਂ ਸੱਚ ਨਹੀਂ ਸੀ ਮੰਨਦੀ ਪਰਮੇਸ਼ਰ ਨੇ ਮੈਨੂੰ ਚੁਣਿਆ ਮੁੰਡਾ ਸੀਗਾ ਕਾਕਾ ਉਹਦੇ ਦੋਨੋਂ ਗੁਰਦੇ ਖਰਾਬ ਸੀਗੇ ਮੈਂ ਨਾਲ ਉਹਦੇ ਆਈ ਜਦ ਮੈਂ ਪਹਿਲਾਂ ਦਿਨੇ ਕ੍ਰਿਸ਼ਮਾ ਦੇਖਿਆ ਤੇ ਪਰਮੇਸ਼ਰ ਨੇ ਮੈਨੂੰ ਉਸੇ ਘੜੀ ਚੁਣ ਲਿਆ ਮੈਂ ਗਾਤਰਾ ਪਾਇਆ ਸੀਗਾ ਮੈਂ ਜਾਂਦੀ ਜਾਂਦੀ ਗਾਤਰਾ ਉਸੇ ਵੇਲੇ ਨਹਿਰ ਦੇ ਵਿੱਚ ਸੱਟ ਦਿੱਤਾ ਪਰਮੇਸ਼ਰ ਨੇ ਮੈਨੂੰ ਉਸੇ ਵੇਲੇ ਚੁਣਿਆ ਉਸ ਤੋਂ ਅੱਜ ਤੱਕ ਮੈਨੂੰ ਪਰਮੇਸ਼ਰ ਨੇ ਇੰਨਾ ਸੰਭਾਲਿਆ ਹੈ ਮੇਰੇ ਪਰਿਵਾਰ ਨੂੰ ਮੈਨੂੰ ਵੀ ਬਹੁਤ ਆਸ਼ੀਸ਼ ਤੇ ਬਰਕਤ ਹੈ ਕਿਸੇ ਗੱਲ ਦੀ ਸਾਨੂੰ ਕਮੀ ਘਾਟ ਨਹੀਂ ਹੈਗੀ ਪਰਮੇਸ਼ਰ ਸਾਨੂੰ ਹਰ ਵੇਲੇ ਸੰਭਾਲਦਾ ਹੈ ਤੇ ਬੜੀਆਂ ਬਰਕਤਾਂ ਦਿੰਦਾ ਹੈ ਤੇ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਵੀ ਜਿੱਦਾਂ ਮੈਂ ਵਿਸ਼ਵਾਸ ਕਰਦੀ ਹਾਂ ਵਿਸ਼ਵਾਸ ਦੇ ਨਾਲ ਹੀ ਆ ਮੈਂ ਬਹੁਤ ਵਿਸ਼ਵਾਸ ਕਰਦੀ ਵੀ ਪਰਮੇਸ਼ਰ ਸਾਨੂੰ ਸੰਭਾਲੂਗਾ ਹਰੇਕ ਗੱਲ ਤੋਂ ਜਿੱਦਾਂ ਮੇਰਾ ਸਾਹ ਬੰਦ ਹੋ ਜਾਂਦਾ ਮੈਨੂੰ ਕੁਛ ਵੀ ਹੋ ਸਕਦਾ ਪਰਮੇਸ਼ਰ ਚਨਾਮ ਦੀ ਤਾਂ ਮੈਂ ਮਰ ਸਕਦੀ ਸੀ ਪਰ ਪਰਮੇਸ਼ਰ ਸੀਗੇ ਨੇ ਮੈਨੂੰ ਬਚਾਇਆ ਸਾਰੇ ਭੈਣ ਭਰਾ।